ਸ਼ਸ਼ੀ ਗਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਜਦੋਂ ਤੁਸੀਂ ਟ੍ਰੇਨਿੰਗ ਸੈਂਟਰ ਦੇ ਵਿੱਚੋਂ ਛੁੱਟੀ ਜਾਣਾ ਤਾਂ ਜਿਹੜੇ ਤੁਹਾਡੇ ਵੀਹਿਕਲ ਹੈ ਉਹ ਤੁਸੀਂ ਵੀਹਿਕਲ ਨਾਲ ਲੈ ਕੇ ਆ ਸਕਦੇ ਹੋ ਜਾਂ ਨਹੀਂ ਠੀਕ ਹੈ ਇਸ ਤੋਂ ਇਲਾਵਾ ਜਿਹੜੀ ਤੁਹਾਡੀ ਡਰੈਸ ਹੈਗੀ ਛੁੱਟੀ ਵਾਲੀ ਡਰੈਸ ਹੈ ਜਿਹੜੀ ਉਹ ਕਿਦਾਂ ਦੀ ਹੋਣੀ ਚਾਹੀਦੀ ਹੈਗੀ ਠੀਕ ਹੈ ਜੀ ਇਹ ਸਾਰਾ ਕੁਝ ਆਪਾਂ ਜਿਹੜਾ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਛੁੱਟੀ ਦੇ ਰਿਲੇਟਿਡ ਹੈ ਜਿਹੜੀ ਆਪਾਂ ਪਹਿਲਾਂ ਵੀ ਵੀਡੀਓ ਜਿਹੜੀ ਉਹ ਆਪਣੇ ਚੈਨਲ ਦੇ ਉੱਪਰ ਬਣਾ ਕੇ ਅਪਲੋਡ ਕਰ ਚੁੱਕ ਉਹਦੇ ਵਿੱਚ ਦੱਸਿਆ ਗਿਆ ਵੀ ਜਿਹੜੀ ਵਿਆਹ ਵਾਸਤੇ ਛੁੱਟੀ ਕਿੱਦਾਂ ਲੈਣੀ ਹੈ ਪੇਪਰ ਲਈ ਛੁੱਟੀ ਕਿੱਦਾਂ ਲੈਣੀ ਹੈ ਤੇ ਕਿੰਨੇ ਟਾਈਮ ਬਾਅਦ ਤੁਹਾਨੂੰ ਛੁੱਟੀ ਮਿਲਣੀ ਹੈਗੀ ਉਹ ਸਾਰਾ ਕੁਝ ਕੀ ਆਪਾਂ ਨੇ ਉਸ ਵੀਡੀਓ ਦੇ ਵਿੱਚ ਡਿਸਕਸ ਕੀਤਾ ਹੋਇਆ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਵੀਡੀਓ ਜਾ ਕੇ ਜਰੂਰ ਦੇਖੋ ਸੋ ਜਿਆਦਾ ਹੁਣ ਆਪਾਂ ਜਿਹੜਾ ਸਮਾਂ ਉਹ ਵੇਸਟ ਨਾ ਕਰਦੇ ਹੋਏ ਜਿਹੜਾ ਸਿੱਧੀ ਟੂ ਦਾ ਪੁਆਇੰਟ ਹੈ ਜਿਹੜੇ ਉੱਪਰ ਗੱਲ ਕਰਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂਗੇ ਵੀ ਐਡਰੈਸ ਦੀ ਜਿਹੜੀ ਤੁਹਾਡੀ ਪਰਮਿਸ਼ਨ ਵਾਲੀ ਐਡਰੈਸ ਹੈਗੀ ਉਹ ਫਾਰਮਲ ਐਡਰੈਸ ਹੋਣੀ ਚਾਹੀਦੀ ਹੈ ਜਹਾਂ ਖੇਲਾਂ ਦੀ ਗੱਲ ਕਰ ਰਹਾ ਮੈਂ ਫਾਰਮਲ ਪੈਂਟ ਫਾਰਮਲ ਸ਼ਰਟ ਤੇ ਫਾਰਮਲ ਸ਼ੂਜ਼ ਤੇ ਪ੍ਰੋਪਰ ਜਿਹੜੀ ਸਿਵਲ ਸਿਵਲ ਵਾਲੀ ਜਿਹੜੀ ਪੱਗ ਆ ਉਹ ਤੁਹਾਡੇ ਕੀ ਬੰਨੀ ਹੋਈ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਦਾੜੀ ਰੱਖੀ ਹੋਈ ਹੈ ਜੇਕਰ ਤੁਸੀਂ ਕਲੀਨ ਸ਼ੇਵ ਹੋ ਜਾਂ ਕੱਲੀਆਂ ਮੁੱਛਾਂ ਰੱਖੀਆਂ ਹੋਈਆਂ ਨੇ ਤਾਂ ਤੁਸੀਂ ਕੀ ਜਿਹੜੀ ਕੈਪ ਉਹ ਲੈ ਸਕਦੇ ਹੋ ਪਰ ਫਾਰਮਲ ਡਰੈਸ ਕੀ ਉਹਨਾਂ ਨੂੰ ਵੀ ਪਾਉਣੀ ਪੈਣੀ ਹੈਗੀ ਠੀਕ ਹੈ ਜੀ ਜਦੋਂ ਵੀ ਤੁਸੀਂ ਟ੍ਰੇਨਿੰਗ ਸੈਂਟਰ ਤੋਂ ਛੁੱਟੀ ਜਾਣਾ ਹੈ ਤੇ ਜਦੋਂ ਵੀ ਵਾਪਸ ਆਉਣਾ ਹੈ ਪ੍ਰੋਪਰ ਫਾਰਮਲ ਡਰੈਸ ਹੈ ਜਿਹੜੇ ਤੁਹਾਡੇ ਉਹ ਹੋਣੀ ਚਾਹੀਦੀ ਹੈ ਜੇ ਕੁੜੀਆਂ ਦੀ ਗੱਲ ਕਰੀਏ ਤਾਂ ਕੁੜੀਆਂ ਵੀ ਕੀ ਹੈ ਫਾਰਮਲ ਡਰੈਸ ਕਰ ਸਕਦੀਆਂ ਨੇ ਜਾਂ ਕੀ ਹੈ ਜਿਹੜਾ ਸੂਟ ਹੈਗਾ ਠੀਕ ਹੈ ਸਲਵਾਰ ਸੂਟ ਚੁੰਨੀ ਤੇ ਉਹ ਪਾਇਓ ਹੋਣਾ ਚਾਹੀਦਾ ਕੁੜੀਆਂ ਨੇ ਜਦੋਂ ਵੀ ਟ੍ਰੇਨਿੰਗ ਸੈਂਟਰ ਚੋਂ ਬਾਹਰ ਜਾਣਾ ਤੇ ਜਦੋਂ ਵੀ ਟ੍ਰੇਨਿੰਗ ਸੈਂਟਰ ਦੇ ਅੰਦਰ ਵਾਪਸ ਤੁਸੀਂ ਨੇ ਆਉਣਾ ਜਾਦਾ ਫਾਰਮਲ ਡਰੈਸ ਵਾਲੀ ਹੋਊਗੀ ਇੱਕ ਆਪਸ਼ਨ ਦੂਸਰਾ ਆਪਸ਼ਨ ਆਪਣੇ ਕੋਲ ਇਹ ਹੈ ਵੀ ਤੁਸੀਂ ਜਿਹੜੀ ਹੈ ਪ੍ਰੋਪਰ ਵਰਦੀ ਹੈ ਜਿਹੜੀ ਤੁਹਾਡੀ ਖਾਕੀ ਵਰਦੀ ਉਹਦੇ ਵਿੱਚ ਤੁਸੀਂ ਕੀ ਹੈ ਜਾ ਸਕਦੇ ਹੋ ਬਾਹਰ ਜਾਂ ਉਹਦੇ ਵਿੱਚ ਹੀ ਕੀ ਹੈ ਤੁਸੀਂ ਵਾਪਸ ਆ ਸਕਦੇ ਹੋ ਜੇਕਰ ਤੁਸੀਂ ਫਾਰਮਲ ਡਰੈਸ ਨਹੀਂ ਕਰਨਾ ਚਾਹੁੰਦੇ ਤਾਂ ਵਰਦੀ ਦੇ ਵਿੱਚ ਤੁਸੀਂ ਕੀ ਹੈ ਜਿਹੜਾ ਜਾ ਸਕਦੇ ਹੋ ਛੁੱਟੀ ਜਦੋਂ ਵੀ ਜਾਣਾ ਹੈ ਠੀਕ ਹੈ ਜੀ ਤੇ ਜਦੋਂ ਵੀ ਵਾਪਸ ਤੁਸੀਂ ਨੇ ਆਉਣਾ ਹੈਗਾ ਤੇ ਜਦੋਂ ਵੀ ਤੁਹਾਨੂੰ ਛੁੱਟੀ ਹੈ ਜਿਹੜਾ ਭੇਜਿਆ ਜਾਂਦਾ ਹੈਗਾ ਤਾਂ ਕੰਪਨੀ ਵਾਈਜ਼ ਭੇਜਿਆ ਜਾਂਦਾ ਜਿਹਦੇ ਬੱਚੇ ਪਹਿਲਾਂ ਪੂਰੇ ਹੋ ਜਾਂਦੇ ਮੰਨ ਲਓ A ਕੰਪਨੀ ਦੇ ਪੂਰੇ ਹੋ ਗਏ ਤਾਂ ਪਹਿਲਾਂ ਉਹਨਾਂ ਨੂੰ ਭੇਜਦਾ ਜਾਂ ਕਿਸੇ ਹੋਰ ਕੰਪਨੀ ਦੇ ਬੱਚੇ ਪੂਰੇ ਹੋ ਗਏ ਮੰਨ ਲਓ C ਕੰਪਨੀ ਦੇ ਹੋ ਗਏ ਤਾਂ ਪਹਿਲਾਂ ਉਹਨਾਂ ਨੂੰ ਭੇਜ ਦੇਣਗੇ ਜਿਹਦੇ ਵੀ ਪਹਿਲਾਂ ਬੱਚੇ ਜਿਹੜੇ ਪੂਰੇ ਹੋ ਜਾਣਗੇ ਗਿਣਤੀ ਕੰਪਲੀਟ ਹੋਈ ਜਾਊ ਉਹਨਾਂ ਨੂੰ ਕੀ ਹੈ ਜਿਹੜਾ ਛੁੱਟੀ ਲਈ ਭੇਜਿਆ ਜਾਂਦਾ ਹੈ ਤੇ ਮੇਨ ਗੇਟ ਤੱਕ ਜਾਣ ਲਈ ਤੁਹਾਨੂੰ ਕੀ ਹੈ 15 ਮਿੰਟ ਜਿਹੜੇ ਲਗਭਗ ਉਹ ਲੱਗਦੇ ਹੈਗੇ ਠੀਕ ਹੈ ਪੈਦਲ ਤੁਸੀਂ ਜਾਣਾ ਹੁੰਦਾ ਮੇਨ ਗੇਟ ਤੱਕ ਲਗਭਗ ਤੁਹਾਨੂੰ 15 ਮਿੰਟ ਲੱਗਦੇ ਲੱਗਦੇ ਹੈਗੇ ਤੇ ਜਦੋਂ ਤੁਸੀਂ ਮੇਨ ਗੇਟ ਤੇ ਪਹੁੰਚ ਗਏ ਉੱਥੋਂ ਤੁਹਾਡੇ ਕੋਲ ਕੀ ਹੈ ਦੋ ਆਪਸ਼ਨ ਆਉਂਦੀਆਂ ਨੇ ਜਾਂ ਤਾਂ ਤੁਸੀਂ ਕੀ ਹੈ ਜਾ ਕੇ ਰ ਆਪਣਾ ਵੀਕਲ ਨਾਲ ਲੈ ਕੇ ਜਾਂ ਤਾਂ ਵੀਕਲ ਤੇ ਜਾ ਸਕਦੇ ਹੋ ਜਾਂ ਤੁਸੀਂ ਕੀ ਹੈ ਬੱਸ ਤੇ ਜਾ ਸਕਦੇ ਹੋ ਤੇ ਜਿਹੜਾ ਮੇਨ ਗੇਟ ਆ ਉੱਥੋਂ ਜਿਹੜਾ ਬੱਸ ਸਟੈਂਡ ਹੈਗਾ ਉਹ ਲਗਭਗ ਹੈਗਾ ਜੀ 10 ਕਿਲੋਮੀਟਰ ਦੂਰ ਤੇ ਮੇਨ ਗੇਟ ਤੋਂ ਤੁਹਾਨੂੰ ਮਿਲਣਗੇ ਆਟੋ ਆਟੋ ਤੁਹਾਨੂੰ ਕਿਹ ਬੱਸ ਸਟੈਂਡ ਤੱਕ ਲੈ ਜਾਣਗੇ 20 ਮਿੰਟ ਦਾ ਸਮਾਂ ਜਿਹੜਾ 20 ਵੀ ਤੋਂ 25 ਮਿੰਟ ਹੈ ਜਿਹੜੇ ਉਹ ਬੱਸ ਸਟੈਂਡ ਜਾਣ ਦੇ ਲੱਗਦੇ ਹੈਗੇ ਸੋ ਤੁਸੀਂ ਆਟੋ ਤੇ ਬੈਠ ਕੇ ਬੱਸ ਸਟੈਂਡ ਜਾ ਸਕਦੇ ਹੋਗੇ ਤੇ ਉੱਥੋਂ ਆਪਣੀ ਬੱਸਾਂ ਤੇ ਜਿਹੜਾ ਘਰ ਆਉ ਤੁਸੀਂ ਜਾ ਸਕਦੇ ਹੋ ਤੇ ਜੇ ਜੇ ਆਪਾਂ ਗੱਲ ਕਰੀਏ ਵਹੀਕਲ ਦੀ ਜਿਹੜੇ ਬੱਚੇ ਕੀ ਆਪਣੇ ਨਾਲ ਵਹੀਕਲ ਲੈ ਕੇ ਆਏ ਨੇਗੇ ਠੀਕ ਹੈ ਵਹੀਕਲ ਤੁਸੀਂ ਆਪਣੇ ਨਾਲ ਲੈ ਕੇ ਆ ਸਕਦੇ ਹੋਗੇ ਵਹੀਕਲ ਤੁਸੀਂ ਟ੍ਰੇਨਿੰਗ ਸੈਂਟਰ ਦੇ ਅੰਦਰ ਨਹੀਂ ਲੈ ਕੇ ਆ ਸਕਦੇ ਜਿਨ੍ਹਾਂ ਨੇ ਵੀ ਆਪਣੀਆਂ ਗੱਡੀਆਂ ਵਗੈਰਾ ਜਾਂ ਕੋਈ ਹੋਰ ਵਹੀਕਲ ਲੈ ਕੇ ਆਉਣਾਂ ਟ੍ਰੇਨਿੰਗ ਸੈਂਟਰ ਦੇ ਅੰਦਰ ਜਿਹੜੇ ਵੀਹਿਕਲ ਆ ਉਹ ਅਲਾਉਡ ਨਹੀਂ ਹੈਗੇ। ਟ੍ਰੇਨਿੰਗ ਸੈਂਟਰ ਦੇ ਬਾਹਰ 100-200 ਮੀਟਰ ਤੇ ਜਿਹੜੀਆਂ ਕੀ ਇਹ ਪਾਰਕਿੰਗ ਨੇ ਉਹ ਬਣੀਆਂ ਹੋਈਆਂ ਹੁੰਦੀਆਂ ਨੇ ਤੁਸੀਂ ਉੱਥੇ ਆਪਣੇ ਵੀਹਿਕਲ ਜਿਹੜੇ ਉਹ ਪਾਰਕ ਕਰ ਸਕਦੇ ਹੋ। ਤੇ ਉੱਥੇ ਜਿਹੜੇ ਤੁਹਾਡੇ ਵੀਹਿਕਲ ਨੇ ਉਹ ਸੇਫ ਹੈ ਪ੍ਰੋਪਰ ਕੋਈ ਇਹੋ ਜਿਹੀ ਦਿੱਕਤ ਵਾਲੀ ਗੱਲ ਹੈ ਜਿਹੜੀ ਉੱਥੇ ਨਹੀਂ ਆਉਂਦੀ। ਬਸ ਸਿਰਫ ਤੁਹਾਡੇ ਤੋਂ ਜਿਹੜੀ ਕੀ ਇਹ ਪਾਰਕਿੰਗ ਦੀ ਫੀਸ ਉਹ ਲਈ ਜਾਵੇਗੀ। 1000 ਤੋਂ 1500 ਰੁਪਈਆ ਠੀਕ ਹੈ ਜਾਂ ਜਿੰਨੇ ਵੀ ਫੀਸ ਹੁੰਦੀ ਹੈਗੀ ਇੱਕ ਮਹੀਨੇ ਦੀ ਉਹ ਪਾਰਕਿੰਗ ਦੀ ਫੀਸ ਹੈ ਜਿਹੜੀ ਤੁਹਾਡੇ ਤੋਂ ਉਹ ਲਈ ਜਾਵੇਗੀ ਉੱਥੇ ਹੀ ਤੁਸੀਂ ਆਪਣੀਆਂ ਗੱਡੀਆਂ پارک ਕਰ ਸਕਦੇ ਹੋ ਠੀਕ ਹੈ ਜਦੋਂ ਵੀ ਤੁਸੀਂ ਨਾ ਪਰਮਿਸ਼ਨ ਜਾਣਾ ਛੁੱਟੀ ਜਾਣਾ ਉੱਥੋਂ ਹੀ ਆਪਣੀਆਂ ਗੱਡੀਆਂ ਚੱਕ ਕੇ ਤੁਸੀਂ ਛੁੱਟੀ ਜਾ ਸਕਦੇ ਹੋ ਤੇ ਆਉਣ ਵੇਲੇ ਵੀ ਉੱਥੇ ਹੀ ਆਪਣੀਆਂ ਗੱਡੀਆਂ ਜਿਹੜੀਆਂ ਤੁਸੀਂ ਖੜਾ ਸਕਦੇ ਹੋਗੇ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਵੀਕਲ ਜਿਹੜੇ ਟ੍ਰੇਨਿੰਗ ਸੈਂਟਰ ਦੇ ਅੰਦਰ ਹੈ ਵੀਕਲ ਸਿਰਫ ਉਦੋਂ ਆ ਸਕਦੇ ਆ ਜਦੋਂ ਤੁਹਾਡਾ ਬੈਚ ਪਾਸ ਹੋਣਾ ਹੈ ਜਦੋਂ ਤੁਹਾਡਾ ਬੈਚ ਪਾਸ ਹੋਣਾ ਤਾਂ ਬੈਚ ਪਾਸ ਤੇ ਤੁਸੀਂ ਆਪਣੀ ਫੈਮਿਲੀ ਨੂੰ ਇਨਵਾਈਟ ਕਰ ਸਕਦੇ ਹੋ ਤੁਹਾਡੀ ਫੈਮਿਲੀ ਜਿਹੜੀ ਆ ਸਕਦੇ ਟ੍ਰੇਨਿੰਗ ਸੈਂਟਰ ਦੇ ਅੰਦਰ ਦੇਖਣ ਲਈ ਵੀ ਤੁਹਾਡਾ ਬੈਚ ਪਾਸ ਹੈ ਜਿਹੜਾ ਕਿਦਾਂ ਪਾਸ ਹੋ ਰਿਹਾ ਹੈਗਾ ਠੀਕ ਹੈ ਜੀ ਤੇ ਬੈਚ ਪਾਸ ਹੋਣ ਤੋਂ ਬਾਅਦ ਜਿਹੜੀਆਂ ਉਹ ਗੱਡੀਆਂ ਨੇ ਤੁਹਾਡੇ ਹੋਸਟਲ ਦੇ ਕਰੀਬ ਵੀ ਲੈ ਕੇ ਆ ਸਕਦੇ ਨੇ ਉੱਥੋਂ ਤੁਸੀਂ ਕੀ ਆਪਣਾ ਸਮਾਨ ਜਿਹੜਾ ਗੱਡੀ ਦੇ ਵਿੱਚ ਰੱਖਣਾ ਤੇ ਟ੍ਰੇਨਿੰਗ ਸੈਂਟਰ ਚੋਂ ਬਾਹਰ ਜਿਹੜਾ ਤੁਸੀਂ ਜਾ ਸਕਦੇ ਹੋਗੇ ਸੋ ਉਸ ਤੋਂ ਇਲਾਵਾ ਵੀਕਲ ਜਿਹੜੇ ਟ੍ਰੇਨਿੰਗ ਸੈਂਟਰ ਦੇ ਅੰਦਰ ਨਹੀਂ ਆ ਸਕਦੇ ਸਿਰਫ ਜਦੋਂ ਬੈਚ ਪਾਸ ਹੋਣਾ ਉਦੋਂ ਹੀ ਜਿਹੜੇ ਹੈਗੇ ਵੀਕਲ ਉਹ ਟ੍ਰੇਨਿੰਗ ਸੈਂਟਰ ਦੇ ਅੰਦਰ ਆ ਸਕਦੇ ਹੈ ਤੇ ਡਿਊਰਿੰਗ ਟ੍ਰੇਨਿੰਗ ਜੇ ਤੁਹਾਡੇ ਫੈਮਿਲੀ ਮੈਂਬਰ ਤੁਹਾਨੂੰ ਮਿਲਣਾ ਚਾਹੁੰਦੇ ਤਾਂ ਉਹ ਤੁਹਾਨੂੰ ਮਿਲਣ ਆ ਸਕਦੇ ਹੈਗੇ ਮੇਨ ਗੇਟ ਤੇ ਉੱਪਰ ਇੱਕ ਗਿਆ ਗੈਸਟ ਹਾਊਸ ਬਣਿਆ ਉੱਥੇ ਤੁਹਾ ਤੁਸੀਂ ਕੀ ਆਪਣੀ ਫੈਮਿਲੀ ਨੂੰ ਉਠਾ ਸਕਦੇ ਹੋ ਤੇ ਤੁਸੀਂ ਆਪਣੇ ਉਸਤਾਦ ਸਹਿਬਾਨ ਨੂੰ ਦੱਸ ਕੇ ਕੀ ਹੈ ਉੱਥੇ ਉਹਨਾਂ ਨੂੰ ਮਿਲ ਸਕਦੇ ਹੋਗੇ ਜਾ ਕੇ ਜੇਕਰ ਤੁਹਾਡੇ ਫੈਮਿਲੀ ਮੈਂਬਰ ਤੁਹਾਨੂੰ ਮਿਲਣਾ ਚਾਹੁੰਦੇ ਜਾਂ ਤੁਹਾਨੂੰ ਕੋਈ ਜ਼ਰੂਰੀ ਖਾਣ ਪੀਣ ਦਾ ਸਮਾਨ ਦੇ ਕੇ ਜਾਣਾ ਚਾਹੁੰਦੇ ਠੀਕ ਹੈ ਜੀ ਤਾਂ ਉਹ ਕੀ ਆ ਸਕਦੇਗੇ ਸੋ ਜਿਹੜਾ ਜਹਾਨ ਖੇਲਾ ਉਹ ਟ੍ਰੇਨਿੰਗ ਸੈਂਟਰ ਦੇ ਵਿੱਚ ਇਹੀ ਸਿਸਟਮ ਚੱਲਦਾ ਹੈਗਾ ਅਡਰੈਸ ਦਾ ਵੀ ਤੇ ਵੀਹਕਲ ਰਿਲੇਟਡ ਵੀ ਜੇ ਡਰੈਸ ਦੀ ਰਿਲੇਟਡ ਆਪਾਂ ਗੱਲ ਕਰੀਏ ਜਿਹੜੀ ਫਾਰਮਲ ਡਰੈਸ ਆ ਹੋਰ ਟ੍ਰੇਨਿੰਗ ਸੈਂਟਰਾਂ ਦੇ ਵਿੱਚ ਕੀ ਸਿਸਟਮ ਹੈ ਜਿੱਦਾਂ ਪੀਏਪੀ ਜਲੰਧਰ ਹੈ ਜਾਂ ਆਪਣਾ ਕਪੂਰਥਲੇ ਟ੍ਰੇਨਿੰਗ ਸੈਂਟਰ ਹੈ ਉੱਥੋਂ ਦੇ ਜਿਹੜੇ ਬੱਚੇ ਹੈਗੇ ਜਿਹੜੇ ਸਾਡੇ ਨਾਲ ਟ੍ਰੇਨਿੰਗ ਕਰਦੇ ਸੀਗੇ ਤਾਂ ਉਹ ਕੀ ਹੈ ਲੋਰ ਤੇ ਟੀ-ਸ਼ਰਟ ਦੇ ਵਿੱਚ ਹੀ ਛੁੱਟੀ ਚਲੇ ਜਾਂਦੇ ਸੀ ਤੇ ਲੋਰ ਤੇ ਟੀ-ਸ਼ਰਟ ਦੇ ਵਿੱਚ ਹੀ ਕੀ ਵਾਪਸ ਆ ਜਾਂਦੇ ਸੀ ਉੱਥੇ ਜਿਹੜੀ ਕੀ ਹੈ ਜਿਆਦਾ ਜਿਹੜੀ ਰੋਕ ਟੋਕ ਨਹੀਂ ਹੁੰਦੀ ਸੀ ਸੋ ਇਸੇ ਗੱਲ ਕਰਕੇ ਜਿਹੜਾ ਜਾਨ ਖੇਲਾਗਾ ਜਾਨ ਖੇਲਾ ਦਾ ਜਿਹੜਾ ਨਾਮ ਆ ਸਾਰੇ ਟ੍ਰੇਨਿੰਗ ਸੈਂਟਰਾਂ ਦੇ ਵਿੱਚ ਸਭ ਤੋਂ ਠ ਜਾਨ ਖੇਡਾਂ ਦਾ ਜਿਹੜਾ ਸਪਾਹੀ ਹੈਗਾ ਉਹਦੀ ਟ੍ਰੇਨਿੰਗ ਜਿਹੜੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਤੇ ਜਿਹੜੀ ਡਰੈੱਸ ਆ ਉਹਦੀ ਉਹ ਵੀ ਸਭ ਤੋਂ ਵਧੀਆ ਮੰਨੀ ਜਾਂਦੀ ਹੈਗੀ ਕਿਉਂਕਿ ਜਦੋਂ ਜੇ ਵੀ ਤੁਹਾਨੂੰ ਮੌਕਾ ਮਿਲਿਆ ਇਹ ਗੱਲ ਦਾ ਜਿੱਦਾਂ ਸਾਨੂੰ ਮੌਕਾ ਮਿਲਿਆ ਸੀ ਹੋ ਟ੍ਰੇਨਿੰਗ ਸੈਂਟਰਾਂ ਦੇ ਵਿੱਚ ਜਾਣ ਦਾ ਮੌਕਾ ਤੁਹਾਨੂੰ ਵੀ ਸਾਰਿਆਂ ਨੂੰ ਮਿਲਣਾ ਹੈ ਜਿੱਦਾਂ ਜਦੋਂ ਵੀ ਕਿਸੇ ਨੂੰ ਜੁਆਇਨਿੰਗ ਲੈਟਰ ਦੇਣ ਹੁੰਦੇ ਸੀ ਜਮ ਸਾਹਿਬ ਨੇ ਠੀਕ ਹੈ ਜੀ ਤਾਂ ਉੱਥੇ ਸਾਰੇ ਬੱਚਾ ਨੂੰ ਬੁਲਾ ਲਿਆ ਜਾਂਦਾ ਇੱਕ ਟ੍ਰੇਨਿੰਗ ਸੈਂਟਰ ਦੇ ਵਿੱਚ ਜਿੱਦਾਂ ਮੰਨ ਲਓ ਕੋਈ ਸਬ ਇੰਸਪੈਕਟਰ ਸਿਲੈਕਟ ਹੋਇਆ ਉਹਨਾਂ ਨੂੰ ਜੇ ਠੀਕ ਹੈ ਜੁਆਇਨਿੰਗ ਲੈਟਰ ਦੇਣਾ ਤਾਂ ਸਾਰੇ ਬੱਚਿਆਂ ਨੂੰ ਕੀ ਉੱਥੇ ਟ੍ਰੇਨਿੰਗ ਸੈਂਟਰਾਂ ਦੇ ਬੱਚਿਆਂ ਨੂੰ ਬੁਲਾ ਲਿਆ ਜਾਂਦਾ ਤਾਂ ਕਿ ਦੂਸਰੇ ਬੱਚੇ ਵੀ ਮੋਟੀਵੇਟ ਹੋ ਸਕਣ ਵੀ ਤਿਆਰੀ ਕਰ ਸਕਣ ਹਨ ਤਾਂ ਉੱਥੇ ਤੁਹਾਨੂੰ ਦੇਖਣ ਦਾ ਮੌਕਾ ਮਿਲੇਗਾ ਜਿਹੜੇ ਜਾਣ ਖੇਡਣ ਵਾਲੇ ਬੱਚਾ ਉਹ ਕੀ ਪ੍ਰੋਪਰ ਸਿਵਲ ਡ्रेस ਦੇ ਵਿੱਚ ਜਾਣਗੇ ਉੱਥੇ ਤੇ ਜਿਹੜੇ ਦੂਸਰੇ ਟ੍ਰੇਨਿੰਗ ਸੈਂਟਰਾਂ ਦੇ ਬੱਚੇ ਹੈਗੇ ਉਹ ਕੀ ਲੋ ਟ-ਸ਼ਰਟਾਂ ਦੇ ਵਿੱਚ ਉੱਥੇ ਹੁੰਦੇ ਹੈਗੇ ਸੋ ਉਮੀਦ ਕਰਦਾ ਹਾਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ ਵੀ ਜੀ ਵੀਕਲ ਦੇ ਰਿਲੇਟਡ ਵੀ ਜਿਹੜੀ ਤੁਹਾਡੇ ਡਾਊਟਸ ਹੋ ਕਲੀਅਰ ਹੋ ਗਏ ਹੋਣਗੇ ਜੇ ਜਿਹੜੀ ਡਰੈੱਸ ਆ ਤੁਹਾਡੀ ਪਰਮਿਸ਼ਨ ਵਾਲੀ ਉਹ ਦੇ ਰਿਲੇਟਡ ਵੀ ਤੁਹਾਡੇ ਜਿਹੜੇ ਡਾਊਟ ਹੋ ਸਾਰੇ ਕਲੀਅਰ ਹੋ ਗਏ ਹੋਣਗੇ ਜੇ ਕਿਸੇ ਦਾ ਕੋਈ ਡਾਊਟ ਰਹੇਗਾ ਤਾਂ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸ ਸਕਦਾ ਠੀਕ ਹੈ ਜੀ ਉਹ ਵੀ ਆਪਾਂ ਜਿਹੜਾ ਕਲੀਅਰ ਕਰ ਦੇਾਂਗੇ ਸੋ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਸੋ ਬਹੁਤ ਜਲਦੀ ਹੀ ਇੱਕ ਹੋਰ ਵੀਡੀਓ ਲੈ ਕੇ ਜਿਹੜਾ ਤੁਹਾਡੇ ਲਈ ਮਿਲਾਂਗੇ ਤੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ